ਮੁਲਾਕਾਤ ਹੋ ਗਈ ਤੇ ਉਹਨਾਂ ਆਖਿਆ ਜੀ ਮਿਗੀ ਇਤਨੀ ਦੱਸੀ ਸਟੋ ਜਿਸ ਟਾਈਮ ਮੈਂ ਮਰ ਸਾਂ ਤੇ ਫਰਿਸ਼ਤਾ ਜਿਲ੍ਹਾ ਮਾੜੀ ਖੱਟਾ ਕੋਲ ਸੀ ਅਪਰਾਧੀ ਵਾਲੀ ਸਾਇਦ ਉਸੀ ਅਸਰਾਧੀ ਵਾਲੀ ਸਾਇਡ ਵੀ ਕਮ ਸੇ ਕਮ ਇਤਨਾ ਦਾ ਪਤਾ ਹੋਣਾ ਚਾਹੀਦਾ ਫਰਿਸ਼ਤਾ ਫਿਰ ਮੁੜੀ ਫਿਰੀ ਉਹ ਸਾਈਡ ਜਾ ਤਾਂ ਫਿਰ ਦੂਈ ਸਾਈਡ ਹੋਈ ਜਾਣ ਤਾਂ ਪੁੱਤਰਾਂ ਤਾਂ ਕਿਹਾ ਉਹਨਾਂ ਆਖਿਆ ਬਜ਼ੁਰਗ ਸਾਡੀ ਕੋਈ ਸੈਣੀ ਅਪਸੈਂਟ ਹੋਈ ਗਈ ਉਹਨਾਂ ਬੋੜੀ ਖੱਡਾ ਰਵਨ ਨਹੀਂ ਛੋੜੇ ਤੇ ਜਿਲ੍ਹੇ ਵਧਦਾ ਰਹਿਣ ਤਾਂ ਫਰਿਸ਼ਤਾ ਸਰਾਂਦੀਆਂ ਸੀ ਗਲਤਾਂ ਨੂੰ ਤਾਂ ਉਹਨਾਂ ਆਖਿਆ ਮਰਨਾ ਨਾ ਸਾ ਪੁੱਤਰਾ ਬੰਨ ਨਹੀਂ ਤਾਂ ਮਰਵਾਇਆ ਮੈਂ ਕਿਹਾ ਵੀ ਅਰਜ਼ ਕੀਤੀ ਸੀ ਮਹਿਫਲ ਗੁਲਫਾਮ ਤੇ ਦਾਨਿਸ਼ ਸੰਗ ਇਨਸ਼ਾਅੱਲਾ ਸੁਣਾ ਸਾ ਮੈਂ ਚੰਗੀ ਮਹਿਫਲ ਸੁਣਾ ਸਾ ਅਸਾਂ ਸਿਰਫ ਇਹ ਬਜ਼ੁਰਗਾਂ ਦੀ ਹਾਜ਼ਰੀ ਹੋਣੀ ਆ ਜੀ ਚਲੋ ਦੋ ਲਫ਼ਜ਼ ਵੀ ਅਗਰ ਕਬੂਲ ਹੋਈ ਜਾਣ ਤਾਂ ਬੜੀ ਗੱਲ ਹੈ ਤਾਂ ਕੁਰਬਾਨ ਜਾ ਵੀ ਅਸਾਂ ਸਰਕਾਰ ਲਿਖਿਆ ਕਿ ਚਲੇ ਦਿਲ ਚਾਰ ਦਿਲਾਂ ਦੇ ਵੋ ਟੁਰ ਚਲੇ ਦਿਲ ਚਾਰ ਦਿਲਾਂ ਦੇ ਵੋ
ਬੜੀ ਪਿਆਰੀ ਸਰਕਾਰ ਆਵਾਜ਼ ਆਈ ਕੇ ਆਵੀ ਆਵੀ ਨਾ ਚਿੱਲਾਵੀ ਆ ਮੇਰੇ ਆਦਿਲ ਤਾਰਾ ਸੱਜਣ ਬਣ ਕੇ ਦਾਗਾਨਾ ਹੈ ਬਲੂ ਕਾ ਯਾਰਾ ਸਾਡੇ ਭਾਈ ਰਾਜਾ ਨਵੀਨ ਸਾਹਿਬ ਜਿਹੜੀ ਸੰਗਤ ਸਾਰੀ
ਹੁਣ ਚੰਦ ਸ਼ੇਰ ਤੀਸਰਾ ਅਸਮੇ ਵਾਦਾ 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 आवाज का खूबसूरत और दिलकश और